ਪੰਜਾਬ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸੰਬੰਧੀ ਜਾਗਰੂਕਤਾ ਕੀਤਾ ਜਾ ਰਿਹਾ ਹੈ, ਪਰ ਬੇਟੀਆਂ ਨੂੰ ਅਜੇ ਵੀ ਦਾਜ ਦਹੇਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਅਲੋਰਾ ਖੁਰਦ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦਾ, ਜਿਸ ਦਾ ਵਿਆਹ ਮੋਗੋ ਪਿੰਡ ਦੇ ਕੁਲਦੀਪ ਸਿੰਘ ਨਾਲ ਹੋਇਆ ਸੀ। ਸਹੁਰੇ ਪਰਿਵਾਰ ਵੱਲੋਂ ਦਾਜ ਦਹੇਜ ਲਈ ਮਨਪ੍ਰੀਤ ਕੌਰ ਦੀ ਕੁੱਟਮਾਰ ਕੀਤੀ ਜਾਂਦੀ ਸੀ, ਜਿਸ ਲਈ ਪੀੜਤ ਦੇ ਤਾਏ ਹਰਜੀਤ ਸਿੰਘ ਅਤੇ ਹੋਰ ਮੈਂਬਰਾਂ ਵੱਲੋਂ ਜਦੋਂ ਪਿੰਡ ਮੁੰਗੋ ਲੈਣ ਗਏ ਤਾਂ ਮਨਪ੍ਰੀਤ ਦੇ ਪਤੀ ਕੁਲਦੀਪ ਸਿੰਘ ਅਤੇ ਹਰਜੀਤ ਸਿੰਘ ਨੇ ਆਪਣੀ ਲਾਇਸੈਂਸੀ ਰਫਲ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਪਤੀ ਕੁਲਦੀਪ ਸਿੰਘ ਅਤੇ ਉਸ ਦੇ ਮਾਤਾ ਪਿਤਾ ਦੇ ਖਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਹੈ। ਇਸ ਮੌਕੇ 'ਤੇ ਪਰਿਵਾਰਕ ਮੈਂਬਰ ਸਾਬਕਾ ਸਰਪੰਚ ਕਰਮਜੀਤ ਸਿੰਘ ਅਤੇ SHO ਅੰਮ੍ਰਿਤਪਾਲ ਸਿੰਘ ਨੇ ਕਿਹਾ। ਬਾਅਦ ਸਵਿੱਚ ਆਫ ਆ ਰਿਹਾ ਫੋਨ, ਤਾਂ ਅਸੀਂ ਮੈਂ ਫੋਨ ਫੋਨ ਕਰੇ, ਫੋਨ ਸਵਿੱਚ ਆਫ ਆ ਰਿਹਾ, ਰਾਤ ਦਾ ਸਾਰਾ ਦਿਨ ਲੰਘ ਕੱਲ੍ਹ, ਅਤੇ ਤੀਜੀ ਤਰੀਕ ਨੂੰ ਮੈਂ ਸੱਸ ਸਹੁਰੇ ਨੂੰ ਫੋਨ ਕੀਤਾ ਮਾਸਟਰ ਜੀ ਨੂੰ, ਮੈਂ ਮਾਸਟਰ ਜੀ ਮੇਰੀ ਦੀਆਂ ਗੱਲ ਕਰਾ ਦਿਓ, ਮੈਂ ਬਾਰੇ ਗਿਆ ਖੇਤ 'ਤੇ ਗੱਲ ਕਰਾ ਦੂੰਗਾ ਜਾ ਕੇ, ਅਤੇ ਸ਼ਾਮ ਨੂੰ ਮੈਂ ਪਟਿਆਲੇ ਤੋਂ ਆਪਣਾ ਬਾਪ ਸਾਹਿਬ ਦੀ ਖਾਲਸਾ ਕਾਲਜ ਦੇ ਸਟੂਡੈਂਟ, ਅਤੇ ਮੈਂ ਸਿੱਧਾ ਦੀਦੀ ਕੋਲ ਚਲੇ ਗਿਆ, ਘਰ ਨਹੀਂ ਆਇਆ ਆਪਣੇ, ਸਿੱਧਾ ਭੈਣ ਕੋਲ ਜਾ ਕੇ ਅੰਦਰ ਗਿਆ, ਮੇਰੀ ਭੈਣ ਦਾ ਪੂਰਾ ਹਾਲ ਕੁੱਟ ਵੱਟਾ ਨਹੀਂ, ਪੂਰਾ ਹਾਲ ਪਾਇਆ ਹੋਇਆ ਸੀ ਕੁੱਟ ਵੱਟਾ, ਅਤੇ ਜਦੋਂ ਮੈਂ ਦੀਦੀ ਨੂੰ ਲੈ ਕੇ ਜਾਣ ਲੱਗਿਆ, ਮੈਂ ਦੀਦੀ ਚੱਲ ਮੈਂ ਬੱਚੇ ਨੂੰ ਭਾਂਜੇ ਭਾਂਜੇ ਲੈਣ ਚੱਲੇ ਲੈ ਕੇ ਚੱਲੇ, ਛੋਟੇ ਛੋਟੇ ਭਾਂਜੇ ਭਾਂਜੇ ਨੇ ਲੈ ਕੇ ਜਾਣ ਲੱਗਿਆ, ਉਹਨਾਂ ਨੇ ਸਹੁਰੇ ਨੇ ਮੈਨੂੰ ਕੁੱਟਿਆ ਮਾਰਿਆ, ਅਤੇ ਉਹ ਬਾਹਰ ਕੱਢਤਾ ਮੈਨੂੰ ਕੁੱਟ ਮਾਰੀ, ਮੇਰੀ ਭੈਣ ਤੁਪਕਾ ਮਾਰ ਕੇ ਅੰਦਰ ਲੋਕ ਕਰਾ ਕੇ ਰੱਖ ਲਿਆ, ਅਤੇ ਮੈਂ ਪਿੰਡ ਤੋਂ ਬਾਹਰ ਆ ਕੇ ਪੁਲਿਸ ਲਾਈਨ ਵੂਮੈਨ ਪੁਲਿਸ ਲਾਈਨ ਹੈਲਪ ਲਿੱਤੀ ਉਹਨਾਂ ਦੀ, ਅਤੇ ਮੈਂ ਰਿਸ਼ਤੇਦਾਰ ਨੂੰ ਦਿੱਤਾ, ਰਿਸ਼ਤੇ ਮੇਰੇ ਤਾਏ ਜੀ ਜੋ ਹਰਜੀਤ ਸਿੰਘ ਨੇ ਜਿਹਨਾਂ ਦੀ ਫਾਇਰਿੰਗ ਵਿੱਚ ਡੈਥ ਹੋ ਗਈ, ਇਹਨਾਂ ਨੇ ਅਸਲਾ ਜਦੋਂ ਆਏ ਅਸੀਂ ਤਾਏ ਜੀ ਅਸੀਂ ਮੁਲਾਜ਼ਮ ਅੰਦਰ ਗਏ ਜੀ, ਉਹਨਾਂ ਨੇ ਸੱਕਾ ਧੁੱਕਾ ਮਾਰ ਕੇ ਤਾਏ ਜੀ 'ਤੇ ਫਾਇਰ ਕਰਤਾ ਜੀ। ਕਿੰਨੇ ਫਾਇਰ ਮਾਰੇ ਨੇ ਉਹਨਾਂ ਨੇ? ਤਕਰੀਬਨ ਤਿੰਨ ਕੁ ਮਾਰੇ ਨੇ, ਦੋ ਤਿੰਨ ਕੌਣ ਕਿਹਨਾਂ ਕਿਹਨਾਂ ਨੇ ਮਾਰੇ ਨੇ ਉਹ ਕੀ ਲੱਗਦਾ? ਉਹ ਮੇਰੇ ਉਹ ਲੱਦ ਨੇ ਸਾਡੇ ਪ੍ਰਾਹੁਣਾ ਲੱਦ ਨੇ ਕੁਲਦੀਪ ਸਿੰਘ ਜੀ ਅਤੇ ਅਵਤਾਰ ਸਿੰਘ ਅਤੇ ਸੱਸ ਨੂੰ ਉਹਨਾਂ ਨੇ ਹੰਸ ਕੇ ਉਹਨਾਂ ਨੇ ਹੱਲਾਸੇਰੀ ਦਿੱਤੀ, ਹਾਂ ਵੀ ਇਹ ਤਾਇਆ ਥੋੜ੍ਹਾ ਜ਼ਿਆਦਾ ਹੁੰਦਾ ਹਰੇਕ ਕੰਮ 'ਚ, ਪਹਿਲਾਂ ਵੀ ਤਿੰਨ ਚਾਰ ਵੀ ਸਾਡੇ ਸਮਝੌਤੇ ਬਣੇ ਦੰਦਰ ਆਈ ਢੀਂਸ ਚੌਂਕੀ ਲਿਖੀ ਕੰਮ ਹੋਇਆ ਪਿਆ ਕੁੱਟ ਮਾਰਨਾ ਹੋਵੇ, ਤਿੰਨ ਮਹੀਨੇ ਬਣੇ ਚਾਰ ਮਹੀਨੇ ਉਹੀ ਕੰਮ ਫੇਰ ਕੁੱਟ ਮਾਰ, ਮੰਗਦੇ ਕੀ ਸੀ? ਮੰਗ ਦਹੇਜ ਮੰਗੀ ਜਾਂਦੇ ਸੀ ਵਾਰ ਵਾਰ ਹੀ, ਕੁਛ ਲੈ ਕੇ ਨਹੀਂ ਆਏ, ਪੈਸਾ ਦਿਓ ਸਾਨੂੰ, ਮੈਂ ਡੈਡੀ ਹੁੰਦੇ ਸੀ ਜ਼ਿਆਦਾ। ਕਿੰਨੇ ਪੈਸੇ ਮੰਗਦੇ ਸੀ? 5 ਲੱਖ ਰੁਪਏ ਮੰਗਦੇ ਸੀ ਜੀ। ਕਿੰਨੇ ਸਾਲ ਹੋ ਗਏ ਤੇ ਆਪਣੀ ਗੁੜੀਆ ਨੂੰ ਮੈਰਿਜ? 7 ਸਾਲ ਹੋਏ ਨੇ। ਬੱਚੇ ਕਿੰਨੇ? ਬੱਚੇ 2 ਨੇ, ਇੱਕ 3 ਸਾਲ ਦਾ ਬੇਟਾ ਜੀ, 6 ਸਾਲ ਦੀ ਕੁੜੀ ਆ। ਇਹ ਪਹਿਲਾਂ ਵੀ ਅਕਸਰ ਵੀ ਤੰਗ ਪਰੇਸ਼ਾਨ ਕਰਦੇ? ਹਾਂ ਜੀ, ਪਹਿਲਾਂ ਵੀ ਤੰਗ ਕੀਤਾ, ਪਹਿਲਾਂ ਕੁੱਟਮਾਰ ਬਹੁਤ ਹੋਈ ਸਮਝੌਤੇ ਪੰਚਾਇਤ ਪੰਚੂਚੇ, ਤੇ ਹੁਣ ਕੇ 4 ਮਹੀਨੇ ਦੰਦਰਾਲੀ ਚ ਲਿਖਤੀ ਕੰਮ ਹੋਇਆ ਸੀ ਸਾਰਾ ਕੁਛ। ਤੁਸੀਂ ਕੀ ਮੰਗ ਕਰਦੇ ਹੋ? ਮੈਂ ਸਾਰੇ ਇਹਨਾਂ ਨੂੰ ਆਈ ਚਾਹੁੰਦਾ, ਮੇਰੇ ਤਾਏ ਨੂੰ ਸਖ਼ਤ ਸਖ਼ਤ ਦਿੱਤੀ ਆ, ਮੈਨੂੰ ਫਾਂਸੀ ਦਿੱਤੀ, ਸਾਰੇ ਪਰਿਵਾਰ ਨੂੰ, ਸੱਸ ਸਹੁਰਾ ਮੇਰੀ ਭੈਣ ਨਾਲ ਵੀ ਪਤਨੀ ਦੇ, ਉਹਨਾਂ ਨੇ ਹੱਲਾਸੇਰੀ ਦਿੱਤੀ ਸਾਰੇ ਨੇ, ਮੇਰੇ ਤਾਏ ਨੂੰ ਚੱਕਣ, ਸੱਸ ਸਹੁਰਾ ਨੇ ਖੁਦ ਉੱਤੇ ਪੰਚਾਇਤ ਖੜੀ, ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਪਿੰਡ ਦੇ ਉੱਤੇ ਨੇ। ਜਿਹੜੇ ਇਹੋ ਜਿਹੇ ਅਨਸਰ ਨੇ ਇਹਨਾਂ ਨੂੰ ਸਰਕਾਰ ਨੂੰ ਠੱਲ ਪਾਉਣੀ ਚਾਹੀਦੀ ਹੈ। ਇੱਕ ਪਾਸੇ ਤਾਂ ਆਪਾਂ ਹਰੇਕ ਥਾਵੇਂ ਪ੍ਰਚਾਰ ਕਰਦੇ ਹਾਂ ਵੀ ਬੇਟੀ ਬਚਾਓ ਬੇਟੀ ਪੜ੍ਹਾਓ, ਇੱਕ ਪਾਸੇ ਬੇਟੀਆਂ ਨਾਲ ਇਹੋ ਜਿਹਾ ਅਨਿਆਂ ਹੁੰਦਾ ਹੈ, ਉਹਨਾਂ ਨੂੰ ਜ਼ਰੂਰ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਜੇ ਬੇਟੀਆਂ ਸੁਰੱਖਿਅਤ ਨਹੀਂ ਹੈਗੀਆਂ ਤਾਂ ਬੇਟੀ ਦੀ ਜਾਣ ਕੇ ਮਤਲਬ ਜਿਹੜੀਆਂ ਆਉਣ ਵਾਲੀਆਂ ਨੰਨੀਆਂ ਮੁੰਨੀਆਂ ਨੇ ਉਹਨਾਂ ਨੂੰ ਕੌਣ ਸੁਰੱਖਿਅਤ ਰੱਖੂਗਾ ਜੇ ਵੱਡੀਆਂ ਬੇਟੀਆਂ ਨਹੀਂ ਉਹ ਹੈਗੀਆਂ ਸੁਰੱਖਿਅਤ? ਅੱਜ ਤਾਂ ਇਹ ਸਾਰੇ ਪਿੰਡ ਵੱਲੋਂ ਅਸੀਂ ਇਹ ਮੰਗ ਕਰਦੇ ਹਾਂ ਜਿੰਨੇ ਵੀ ਹੈਗੇ ਲੋਕ ਵੀ ਜਿਹੜੇ ਨੇ ਕੰਮ ਕਾਰਵਾਈ ਕੀਤੀ ਹੈ, ਜਿਹੜੇ ਵੀ ਵਿਦੇਸ਼ ਵਿੱਚ ਇਨਵੋਲਵ ਨੇ ਉਹਨਾਂ ਨੂੰ ਜਿਹੜੀ ਵੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ। ਇਨਫੋਰਮੇਸ਼ਨ ਆਈ ਸੀ ਵੀ ਮੁੰਗੂ ਪਿੰਡ ਦੇ ਵਿੱਚ ਇੱਕ ਹਰਜੀਤ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋ ਗਿਆ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਿਆ ਵੀ ਇਹ ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕੁਲਦੀਪ ਸਿੰਘ ਨਾਂ ਦੇ ਵਿਅਕਤੀ ਨੇ ਕਤਲ ਕਰ ਦਿੱਤਾ, ਜਿਹਦੇ 'ਤੇ ਅਸੀਂ ਮੁਕੱਦਮਾ ਨੰਬਰ 108 ਥਾਣਾ ਭਾਦਸੋਂ ਅਧੀਨ ਧਾਰਾ 302 307 ਆਰਮਡ ਐਕਟ ਦਰਜ ਕਰ ਲਿਆ, ਤਫਤੀਸ਼ ਜਾਰੀ ਹੈ ਜੀ, ਰੇਡ ਪਾਰਟੀਆਂ ਭੇਜੀਆਂ ਹੋਈਆਂ ਨੇ। ਕਾਰਨ ਇਹ ਹੈ ਵੀ ਜਿਹੜੀ ਹਰਜੀਤ ਸਿੰਘ ਦੀ ਭਤੀਜੀ ਸੀਗੀ ਉੱਥੇ ਵਿਆਹੀ ਹੋਈ ਸੀ ਮੁੰਗੂ ਪਿੰਡ, ਉਹਨੂੰ ਉਹਦਾ ਘਰ ਵਾਲਾ ਕੁੱਟਦਾ ਮਾਰਦਾ ਸੀ, ਇਹ ਜਦੋਂ ਆਪਣੀ ਲੜਕੀ ਨੂੰ ਉੱਥੋਂ ਲੈਣ ਗਏ ਕੱਲ੍ਹ ਫਿਰ ਤਕਰਾਰ ਹੋਈ, ਦੌਰਾਨੇ ਤਕਰਾਰ ਗੋਲੀ ਚੱਲ ਗਈ। ਉਹ ਹਾਲੇ ਪਤਾ ਲੱਗੂਗਾ ਜੀ ਅੱਗੇ ਤਫਤੀਸ਼ ਦੇ ਵਿੱਚ ਕੀ ਕਾਰਨ ਸੀ ਲੜਾਈ ਦਾ। ਵੈਸੇ ਵਿਆਹ ਹੋਏ 7 ਸਾਲ ਹੋ ਗਏ ਸੀ ਉਹਨਾਂ ਦੇ। ਉਹ ਹਾਂਜੀ, ਉਹ ਜਿਹੜੇ ਲੜਕੇ ਦੇ ਬਿਆਨਾਂ ਤੋਂ ਪਰਚਾ ਦਿੱਤਾ ਉਹਨੇ ਦੱਸਿਆ ਉਹਨਾਂ ਕੋਲ ਲਸੰਸੀ ਇੱਕ ਪਿਸਟਲ ਰਿਵਾਲਵਰ ਵੀ ਆ ਅਤੇ 12 ਬੋਰ ਵੀ ਆ। ਇਹ ਪਰਚਾ ਕੁਲਦੀਪ ਸਿੰਘ ਅਤੇ ਉਹਦੇ ਮਾਤਾ ਪਿਤਾ 'ਤੇ ਹੋਇਆ। ਕੁਲਦੀਪ ਸਿੰਘ ਉਹ ਲੜਕੀ ਦਾ ਹਸਬੈਂਡ ਆ ਜੀ, ਅਤੇ ਉਹਦੇ ਸੱਸ ਸਹੁਰੇ 'ਤੇ ਹੋਇਆ। ਪਤਾ ਲੱਗਿਆ ਜੀ ਪਿੰਡ ਦੇ ਵਿੱਚੋਂ ਵੀ ਕਾਫੀ ਇਹਨਾਂ ਦਾ ਫੈਮਿਲੀ ਡਿਸਪਿਊਟ ਚੱਲਦਾ ਸੀਗਾ। 7 ਸਾਲ ਹੋ ਗਏ ਜੀ, 2 ਬੱਚੇ ਇਹਨਾਂ ਦੇ। ਗ੍ਰਿਫਤਾਰ ਕਰਨੇ? ਨਹੀਂ, ਹਾਲੇ ਗ੍ਰਿਫਤਾਰ ਕਰਨੇ ਆ ਜੀ ਤੁਸੀਂ।